ਆਕਲੈਂਡ ਵਿੱਚ ਸੋਮਵਾਰ ਨੂੰ ਸ਼ਹਿਰ ਦੇ ਪੂਰਬ ਵੱਲ ਤੂਫਾਨ ਆਇਆ ਜਿਸ ਨਾਲ ਮਕਾਨਾਂ ਦੀਆਂ ਛੱਤਾਂ ਉੱਡ ਗਈਆਂ। ਇਹ ਤੇਜ਼ ਤੂਫਾਨ ਆਪਣੇ ਪਿੱਛੇ ਤਬਾਹੀ ਦਾ ਮੰਜ਼ਰ ਛੱਡ ਗਿਆ। ਤੂਫਾਨ ਤੋਂ ਬਾਅਦ ਇਮਾਰਤਾਂ ਦੇ ਨੁਕਸਾਨ ਦਾ ਪ੍ਰਸ਼ਾਸਨ ਵੱਲੋਂ ਜਾਇਜ਼ਾ ਲਿਆ ਜਾ ਰਿਹਾ ਹੈ। ਅਧਿਕਾਰੀਆਂ ਨੇ ਕਿਹਾ ਹੈ ਕਿ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਖਬਰ ਨਹੀਂ ਹੈ। ਸਿਵਲ ਡਿਫੈਂਸ ਅਧਿਕਾਰੀ ਨੇ ਕਿਹਾ ਹੈ ਕਿ ਸਾਡਾ ਸਿਵਲ ਡਿਫੈਂਸ ਸੈਂਟਰ ਹਾਈਕ ਸੀਜ਼ਰ ਸੈਂਟਰ ਵਿੱਚ ਕਿਸੇ ਵੀ ਵਿਅਕਤੀ ਲਈ ਖੁੱਲ੍ਹਾ ਰਹਿੰਦਾ ਹੈ ਜਿਸ ਦਾ ਵੀ ਘਰ ਪ੍ਰਭਾਵਿਤ ਹੋਇਆ ਹੈ। ਉਹਨਾਂ ਨੇ ਕਿਹਾ ਹੈ ਕਿ ਆਕਲੈਂਡ ਕਾਉਂਸਲ ਦੀ ਬਿਲਡਿੰਗ ਇੰਸਪੈਕਸ਼ਨ ਟੀਮ ਅੱਜ ਸਵੇਰ ਤੋਂ ਬਾਅਦ ਖੇਤਰ ਦਾ ਦੌਰਾ ਕਰੇਗੀ। ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਬਿਲਡਿੰਗ ਅਸੈਸਮੈਂਟ ਦੀ ਲੋੜ ਹੈ ਤਾਂ ਤੁਸੀਂ ਕਾਉਂਸਲ ਨਾਲ 09301-0101 'ਤੇ ਸੰਪਰਕ ਕਰ ਸਕਦੇ ਹੋ। ਇਸ ਸਾਲ ਪਹਿਲਾਂ ਹੀ ਆਕਲੈਂਡ ਦੇ ਵਿੱਚ ਗੰਭੀਰ ਮੌਸਮ ਦੀ ਮਾਰ ਪੈ ਚੁੱਕੀ ਹੈ। ਸੁਪਰ ਸਿਟੀ ਫਰਵਰੀ ਵਿੱਚ ਚੱਕਰਵਾਤ ਗੈਬਰੀਅਲ ਅਤੇ ਜਨਵਰੀ ਵਿੱਚ ਵਿਆਪਕ ਹੜ੍ਹ ਨਾਲ ਪ੍ਰਭਾਵਿਤ ਹੋ ਚੁੱਕਾ ਹੈ। ਫਾਇਰ ਐਂਡ ਐਮਰਜੈਂਸੀ ਨਿਊਜ਼ੀਲੈਂਡ ਨੇ ਕਿਹਾ ਹੈ ਕਿ ਚਾਲਕ ਦਲ ਨੇ ਘਰ ਦੇ ਮਾਲਕਾਂ ਨੂੰ ਰਾਤੋ ਰਾਤ ਨੁਕਸਾਨੀਆਂ ਛੱਤਾਂ ਤੇ ਤਰਪਾਲ ਪਾਉਣ ਦੇ ਵਿੱਚ ਮਦਦ ਵੀ ਕੀਤੀ ਹੈ। ਉਧਰ ਮੌਸਮ ਵਿਭਾਗ ਨੇ ਭਾਰੀ ਬਾਰਿਸ਼ ਅਤੇ ਤੇਜ਼ ਹਵਾਵਾਂ ਦੀ ਚੇਤਾਵਨੀ ਦਿੱਤੀ ਹੈ ਅਤੇ ਸਥਾਨਕ ਲੋਕਾਂ ਨੂੰ ਸੁਚੇਤ ਰਹਿਣ ਲਈ ਕਿਹਾ ਹੈ। ਬਿਊਰੋ ਰਿਪੋਰਟ ਐਂਜਲ ਪੰਜਾਬੀ ਨਿਊਜ਼।